अम्मी जड़ी है ना अम्मी वो भी महल चो मंजे बिस्तरे कट्ठे कर गई है मेनू समझ नहीं आती अज कोई साढ़े होर भरा होंगे वो कर दे मैं चौल चुगर लग लिया लाते सारे अम्मी मंजा लैन गई किसी तो मंजे तेना सैट हो जाए साढ़े पले कख नहीं रहना कोई गल नहीं भाई जो भी आ बहरहाल भाई ने ना आया घर इदा लगता हवाई शह फिर तेरी मेहरबानी ਸਾਡੀ ਮਾਂ ਪਤਾ ਨਹੀਂ ਕਿੱਥੇ ਆ ਸਾਡੀ ਮਾਂ ਨਾ ਨਾਵੇਂ ਨਹੀਂ ਕਰੋ ਨਿਕਲੀ ਇਹ ਵੀ ਪਤਾ ਮੇਰੀ ਸ਼ਾਦੀ ਦਾ ਕਿਸੇ ਨੂੰ ਮੇਰੀ ਸ਼ਾਦੀ ਦੀ ਖੁਸ਼ੀ ਨਹੀਂ ਕਿਸੇ ਨੂੰ ਵੀ ਕੀ ਮਾਂ ਦਾ ਫੇਰੇ ਡੋਰੇ ਨਹੀਂ ਮੁੱਕ ਰਿਹਾ ਭਾਜੀ ਸੁਬਤ ਅਠਵਾਈ ਤੇ ਗਈ ਆ ਸ਼ੁਕਰ ਕਰ ਅਸੀਂ ਖੁਸ਼ੀ ਕਰਨ ਨਾ ਉਹ ਯਾਰ ਕਿਹੜੀ ਖੁਸ਼ੀ ਆ ਖੁਸ਼ੀ ਆ 14 ਅਗਸਤ ਨੂੰ ਮੇਰਾ ਸਾਈਕਲ ਦੇਣੀ ਹੈ ਝੰਡੀਆਂ ਲਾ ਲੈਂਦਾ ਕਿਹੜੇ ਸਾਈਕਲ ਦੇ ਸ਼ਾਦੀ ਹੈ ਮੇਰੀ ਬਟਾ ਬਰਾਦਰਾ ਭਾਜੀ ਇੱਕੋ ਬੇਸ ਤੇ ਤੇਰੀ ਸ਼ਾਦੀ ਹੋਈ ਆ ਅਸੀਂ ਕੁੜੀ ਵਾਲਿਆਂ ਨੇ ਕਿਹਾ ਮੁੰਡਾ 9ਵੇਂ ਮਹੀਨੇ ਵੀ ਅਲਟਰਾਸਾਊਂਡ 'ਚ ਨਹੀਂ ਆਇਆ ਫਿਰ ਮੰਨੇ ਉਹ ਕਹਿੰਦੇ ਕੋਈ ਟੈਕਨੀਕਲ ਬੱਚਾ ਵਾ ਤੇ ਫਿਰ ਉਹਨਾਂ ਨੂੰ ਪਤਾ ਚੰਗੀ ਚੀਜ਼ ਟਾਈਮ ਤੇ ਮੰਗਦੀ ਆ ਇਹ ਚੰਗੀ ਚੀਜ਼ ਨਹੀਂ ਹੈਗੀ ਭਾਈ ਤੇਰੀ ਵਜ੍ਹਾ ਤੋਂ ਸਾਡੀ ਮਾਂ ਨੂੰ ਲੱਗਦਾ ਚੀਜ਼ਾਂ ਚੰਬੜਦੀਆਂ ਰਹੀਆਂ ਉਹ ਚੀਜ਼ਾਂ ਘੱਟਾ ਚੁੰਮਦੀ ਨੇ ਸਾਡੀ ਮਾਂ ਬੜੀ ਹੁਸ਼ਿਆਰ ਚਲਾਕ ਅੱਛਾ ਜੀ ਇਹ ਸ਼ੇਰ ਸਾਨੂੰ ਪਾਲ ਲਿਆ ਪਿਓ ਫੌਤ ਹੋਣ ਤੋਂ ਬਾਅਦ ਵੀ ਮਾਂ ਨੂੰ ਬਥੇਰਾ ਗਿਆ ਤਮਾਸ਼ੇ ਵਾਲਾ ਬਸਾਲਾ ਉਹਨੇ ਰਿਛ ਫਸਾ ਕੇ ਆ ਰਿਸਕ ਲੈ ਲਿਆ ਕੋਈ ਨਹੀਂ ਇਨਸਾਨ ਗਲਤੀ ਦਾ ਪੁਤਲਾ ਭਾਜੀ ਗਲਤੀ ਤੇ ਅੱਬੇ ਕੋ ਹੋਈ ਤੈਨੂੰ ਜੰਮਣ ਨਾਲੋਂ ਕਿਤੇ ਹੱਥ ਚਲਾ ਕੀ ਕਰ ਲੈਂਦਾ ਨਾ ਅੱਜ ਸਾਨੂੰ ਆ ਦਿਨ ਨਾ ਵੇਖਣਾ ਪੈਂਦਾ ਤੈਨੂੰ ਜੰਮ ਕੇ ਤੇ ਅੱਬਾ ਸੂਬੇਦਾਰ ਲੱਗ ਗਿਆ ਸੀ ਤੈਨੂੰ ਜੰਮਣ ਤੋਂ ਬਾਅਦ ਪੂਰੇ ਮਹੱਲੇ ਨੇ ਸਾਡਾ ਹੋਕਾ ਪਾਣੀ ਬੰਦ ਕਰਤਾ ਸੀ ਭਾਜੀ ਮੇਰੀ ਪਦਾਇਸ਼ ਆ ਕਿ ਹਰ ਪਾਸੇ ਤੁਹਾਨੂੰ ਜ਼ਾਫਰਾਨ ਲੱਡੂ ਆ ਰਹੇ ਆ ਦੁਕਾਨਾਂ ਤੇ ਜਾਣਦੇ ਆ ਅਸੀਂ ਤੇਰੇ ਨਾਪ ਦਾ ਸੂਟ ਲੱਭਦੇ ਫਿਰਦੇ ਆ ਉਹ ਤੇਰਾ ਨਾਂ ਸੁਣ ਕੇ ਦਿੰਦਾ ਹੀ ਕੋਈ ਨਹੀਂ ਮਾਂ ਨੂੰ ਆ ਲੰਦੇ ਮਾਂ ਲੈ ਕੇ ਆਏਗੀ ਮਾਂ ਜਿਹੜੀ ਆ ਪਤਾ ਨਹੀਂ ਕਿੱਥੇ ਰਹਿ ਗਈ ਆ ਸਮਝ ਨਹੀਂ ਸਾਰੇ ਘਰਾਂ ਦੇ ਵਿੱਚੋਂ ਮੰਜਾ ਇਕੱਠਾ ਕਰਨ ਨਹੀਂ ਆ ਤੁਹਾਨੂੰ ਕਹਦਾ ਪਟਣਾ ਮੈਂ ਜੰਮਿਆ ਪਟਣਾ ਮੰਨੂ ਆ ਉਹ ਟਰ ਗਿਆ ਆਪ ਟਰ ਗਿਆ ਆ ਲਾਲ ਪਾ ਗਿਆ ਮੇਰੇ ਨਾਲ ਹਾਂ ਸਾਰੇ ਘਰਾਂ 'ਚ ਮੰਜਾ ਇਕੱਠਾ ਕਰਕੇ ਆਈ ਆ ਜ਼ਰਾ ਖੁਸ਼ੀ ਨੂੰ ਮੇਰੇ ਵਿਆਹ ਦੀ ਤੁਹਾਨੂੰ ਮਾਂ ਜੀ ਮੈਂ ਨਾ ਪੁੱਤ ਹੀ ਮੇਰੇ ਕਰਿਆ ਕਰ ਮੈਂ ਤੇਰੀ ਤਾਂ ਮੈਨੂੰ ਖੁਸ਼ੀ ਬਹੁਤ ਆ ਮੈਂ ਤੇਰੀ ਵਜ੍ਹਾ ਨਾਲ ਧਰਤੀ ਤੇ ਮੇਰੇ ਪੈਰ ਨਹੀਂ ਲੱਗਦੇ ਮੇਰੇ ਧਰਤੀ ਦਾ ਜਾਂ ਪੈਰ ਅੱਜ ਨਹੀਂ ਲੱਗਦਾ ਯਾ ਤੇਰਾ ਪਿਓ ਨਹੀਂ ਸੀ ਲੱਗੜ ਦਿੰਦਾ 24 ਘੰਟੇ ਲੱਤਾ ਦਾ ਇਹਦਾ ਮਤਲਬ ਤੁਹਾਨੂੰ ਟੁੱਟੀ ਨਹੀਂ ਬਣਾ ਕੇ ਭਾਈ ਮੈਂ ਤਾਂ ਤੇਰੇ ਵਿਆਹ ਦੇ ਬੜੇ ਚਾਹ ਲਾੜ ਕੀਤੇ ਮੈਂ ਸਾਰਿਆਂ ਨੂੰ ਕਿਹਾ ਉਹ ਤੇਰੇ ਨਾਨਕੇ ਨਹੀਂ ਹਜੇ ਤੱਕ ਪਹੁੰਚੇ ਹਾਂ ਵੀ ਘਰ ਦੇ ਵਿੱਚ ਆਏ ਹੁੰਦੇ ਹੁਣ ਇਸ ਤਰ੍ਹਾਂ ਰੌਣਕ ਲੱਗੀ ਹੁੰਦੀ ਘਰ ਦੇ ਵਿੱਚ ਮਾਰੀਆ ਕਿਹੜੀ ਖੁਸ਼ੀ ਆ ਮੇਰੇ ਵਿਆਹ ਦੀ ਕਿੰਨੀਆਂ ਤੁਸੀਂ ਇਹਦੇ ਝੰਡੀਆਂ ਲਾਈਆਂ ਭਾਈ ਮੈਂ ਇਹਨਾਂ ਨੂੰ ਕਿਹਾ ਵੀ ਝੰਡੀਆਂ ਦੂਜੇ ਰੰਗ ਦੀਆਂ ਲਾਇਓ ਆ ਤਾਂ ਐ ਲੱਗਦਾ ਜਿਵੇਂ ਪੈਟਰੋਲ ਪੰਪ ਦਾ ਇਸਤਰਾਹ ਕਰਨ ਲੱਗੇ ਅਮੀਰ ਬਾਹਰ ਪਲਾਟਾਂ ਦੇ ਵਿੱਚ ਕਨੂਪੀਆਂ ਲਾਈਆਂ ਵਾ ਬੇ ਕਨੂਪੀਆਂ ਲਾਈਆਂ ਕਿਹੜੀਆਂ ਲਾਈਆਂ ਵਾ ਆ ਸਾਹਮਣੇ ਉਹਨਾਂ ਦਾ ਤਾਇਆ ਫੌਤ ਹੋਇਆ ਉਹਨੇ ਚੌਕੀ ਲੈਣਾ ਉੱਥੇ ਆਪਾਂ ਵਿਆਹ ਕਰ ਲੈਣਾ ਮੁੜ ਕੇ ਬੇ ਕੋਈ ਨਹੀਂ ਹੁਣੇ ਲੈ ਜਾਣਾ ਜਨਾਜਾ ਉਹਨਾਂ ਨੇ ਕਿਹੜਾ ਬੋਦੀ ਦੇ ਰੱਖਣਾ ਉਹਨਾਂ ਦੀ ਬਾਅਦ ਵਿੱਚ ਮੈਂ ਤੇਰੇ ਚਾਹ ਲਾੜ ਕਰਨੇ ਆ ਮੇਰੇ ਆ ਪੁੱਤਾ ਜਨਾਜਾ ਵਾਲੀ ਜਗ੍ਹਾ ਬੇ ਕੋਈ ਨਹੀਂ ਹੁੰਦਾ ਜਨਾਜਾ ਇੱਥੇ ਹੀ ਚਾਹ ਲਾੜ ਕਰੀ ਅੰਮੀ ਇਹਦੇ ਨਾਲ ਪਿਆਰ ਕਰਦੀ ਤੂੰ ਮੇਰੇ ਨਾਲ ਨਹੀਂ ਕਰਦੀ ਮੈਂ ਤੇਰੇ ਨਾਲ ਕਿਉਂ ਨਹੀਂ ਕਰਦੀ ਮੇਰਾ ਨਾਮ ਵੀ ਪਿਆਰ ਇਹ ਤਾਂ ਮੇਰਾ ਵੱਡਾ ਪੋਤਾ ਮੇਰਾ ਪਲੇਠੀ ਦਾ ਹੈ ਇੰਨੀਆਂ ਮੁਸ਼ਕਲਾਂ ਨਾਲ ਇਹਨੂੰ ਮੈਂ ਪੈਦਾ ਕੀਤਾ ਇਹ ਜਦੋਂ ਇਹਨਾਂ ਪੈਦਾ ਕਰਕੇ ਤਾਂ ਮੇਰਾ ਝਾਕਾ ਖੁੱਲਿਆ ਫੇਰ ਹੀ ਤਾਂ ਮੈਂ ਤੇਰਾ ਰਿਸਕ ਲਿਆ ਹੈ ਇਹਨੂੰ ਜੰਮ ਕੇ ਅੰਮੀ ਤੂੰ ਕਹਿੰਦਾ ਪਿਆਰ ਕੀਤਾ ਮੇਰੇ ਨਾਲ ਦੋਵਾਂ ਸਾਡਾ ਤਾਂ ਮੂੰਹ ਲਵਾਤਾ ਮੁੜ ਕੇ ਮੈਂ ਲਾਇਆ ਹੀ ਨਹੀਂ ਮੈਂ ਚੁੱਪ ਕਰ ਜਾ ਐਦਾਂ ਦੀਆਂ ਗੱਲਾਂ ਨਹੀਂ ਕਰਦੀ ਹੁੰਦੀ ਤੇਰਾ ਵੱਡਾ ਭਰਾ ਵਾ ਵੱਡਾ ਵਾ ਮੈਂ ਤੇਰੇ ਤਾਂ ਮੈਂ ਚਾਹ ਲਾੜੀ ਬੜੇ ਕੀਤੇ ਮੇਰੇ ਆ ਪੁੱਤਾ ਮੇਰੇ ਬੱਚਿਆ ਜਦੋਂ ਤੂੰ ਰੋਣਾ ਨਾ ਮਾਰਨਾ ਮੇਰਾ ਦਿਲ ਖੁਸ਼ ਹੋ ਜਾਂਦਾ ਮੇਰਾ ਪੁੱਤਾ ਤੇਰੇ ਤਾਂ ਮੈਂ ਚਾਹ ਲਾੜੀ ਬੜੇ ਕੀਤੇ ਤੇਰਾ ਤਾਂ ਜੋ ਤੇਰਾ ਜਿਹਦੀ ਖੁਸ਼ੀ ਨਹੀਂ ਮੇਰੇ ਵਿਆਹ ਦੀ ਉਹ ਛੋਟਾ ਪਹਿਲਾਂ ਲੜੀ ਜਾ ਰਿਹਾ ਇਹ ਤਾਂ ਮੇਰਾ ਪੁੱਤ ਜਦੋਂ ਹੋਇਆ ਮੇਰੇ ਕੋਲ ਤਾਂ ਦਾਈ ਨੇ ਪੈਸਾ ਕੋਈ ਨਹੀਂ ਲਿਆ ਕਿਉਂ ਅਮੀ ਉਹ ਇਹਨੂੰ ਦੇਖ ਕੇ ਦੌੜ ਲਾਤੀ ਕਹਿੰਦੀ ਪਤਾ ਨਹੀਂ ਮੇਰੇ ਕੋ ਕੇਸ ਖਰਾਬ ਹੋ ਗਿਆ ਹੈਗੀ ਤੇ ਸੱਚੀ ਮੈਂ ਤੀਜੀ ਗਲੀ 'ਚ ਫੜ ਕੇ ਲੈ ਕੇ ਆਈ ਮੈਂ ਤੇ ਇਹਨੂੰ ਜੰਮ ਕੇ ਕਦੋਂ ਸਾਨੂੰ ਕੋਟਰ ਤੂੰ ਤੋਕ ਨਾਲ ਮਿਲ ਗਈ ਸੀ ਇਹ ਤਾਂ 3 ਸਾਲ ਪੈਦਾ ਹੀ ਨਹੀਂ ਹੋਇਆ ਮੈਂ ਡਰ ਗਈ ਕਿਉਂ ਮੈਂ ਕਿਹਾ ਹਾਏ ਮੈਂ ਮਰ ਗਈ ਕਿਉਂ ਨਹੀਂ ਹੁੰਦਿਆ ਇਹਦਾ ਪਿਓ ਮਿਹਨਤ ਤਾਂ ਪੂਰੀ ਕਰਨ ਡਿਆ ਨਹੀਂ ਮੈਨੂੰ ਇੱਕ ਗੱਲ ਦੱਸ ਫਿਰ ਮੈਂ ਜਾ ਕੇ ਡਾਕਟਰ ਨੂੰ ਚੈੱਕ ਚੁੱਕ ਕਰਾਇਆ ਹਾਂ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਬਾਅਦ 'ਚ ਬਹਿ ਜਾਂਦੇ ਹੋ ਬਹਿਣਾ ਨਹੀਂ ਫਿਰ ਮੇਰੀ ਕੇਅਰ ਕੀਤੀ ਮੈਂ ਮੇਰੇ ਪੁੱਤਾ ਮੈਂ ਤਾਂ ਤੇਰੇ ਚਾਹ ਨਾਲ ਬੜੇ ਕੀਤੇ ਜੇ ਅਸੀਂ ਇਹਦੀ ਕੇਅਰ ਨਹੀਂ ਕੀਤੀ ਅੰਮੀ ਇਹ ਤਾਂ ਜਦੋਂ ਹੋਇਆ ਇਹਦੇ ਨਾਨਕੇ ਨੂੰ ਗੁੜਤੀ ਦੇਣ ਵਾਸਤੇ ਆਏ ਫਿਰ ਕੋਈ ਸ਼ਾਇਦ ਨਾ ਲੱਭੇ ਮੂੰਹ 'ਚ ਫੜ ਕੇ ਮੱਖੀ ਪਾਤੀ ਪਾਗਲ ਮੈਂ ਕਰਾਉਣੀਆਂ ਸੀ ਪੈਸੇ ਬਹੁਤ ਨਾਈ ਮੰਗਣ ਡਿਆ ਸੀ
ਮੈਨੂੰ ਕਹਿੰਦਾ ਮੈਂ 50,000 ਲੈਣਾ ਹਾਂ ਸਾਰੇ ਹਜ਼ਾਰ ਮੈਨੂੰ ਕਹਿੰਦਾ ਬਾਅਦ ਚ ਸੁੱਟਣੇ ਪੈਣੇ ਮੈਂ ਕਿਹਾ ਫੇ ਭਾਈ ਥੋੜੇ ਬਹੁਤ ਪੈਸੇ ਲਾ ਕੇ ਕਰਦੇ ਜੋ ਕਿਤੇ ਹੁੰਦਾ ਉਹਨੇ ਮੇਰੇ ਕੋ 20 ਰੁਪਏ ਲੈ ਕੇ ਕਹਿੰਦਾ ਕੈਮੀਕਲ ਡੋਰ ਨਾ ਕਰ ਦਿੰਦਾ ਫਿਰ ਕਿੱਦਾਂ ਕੀਤੀਆਂ ਬਸ ਕੰਡਾ ਕੀ ਉਹਦਾ ਹੱਥ ਲਾਉਣ ਨੂੰ ਦਿਲ ਨਾ ਕਰੇ ਫਿਰ ਪੈਰ ਦੇ ਥੱਲੇ ਰੱਖ ਕੇ ਉੱਤੋਂ ਐ ਕਰਤਾ जेड़ा महल बचे वे वे बंदे होंगे कहें बारो शायद आने जानी है जो मोडिया से पाते लोग पैसे देंगे कहते पता नहीं मंगने वाला जान डे तस्वीर भेजी सऊदिया तो अगे नारायण कगान निकल गया हम तुम ला लो हिसाब कि जाने जा कित सऊदिया कि नारायण कगान मेरे बचिया वो तो जो वापस आया वा आके दो साल मैंने बुलाया ही नहीं उन्हें क्यों अम्मी कहना तू मैंने की मैं आके पूछे मैं मूह ठोटिया हाथ ला 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 कवे भी कितने मेरा मिल्क शेक जो तेन पढ़ा रहा कितने मेरे सेब जो तेन लिया लिया दिते ये तो मेरे पुत ने मैंने झूठा पाया ना मेरे पुता शरारती सी ना शुरू तो अम्मी आपू ने पहली बार जुत्ती कदों लिया जो पैदा होया माड़ी जी लत्त कटी भज के जुत्ती लैन चला गया मेरा बच्चा सोना होना चाहिए मेरा पुत जो पैदा होया पैदा होने तो बाद प्यो ने मेनू बड़ा प्यार किया कहिंदा दिल की मैल तो जिहड़ी तेरी निकल गई फौरी मंजा लम्मा पाउंदा सी वे भाई ਲਿਆਇਆ ਮੰਜਾ ਹਾਂ ਨਹੀਂ ਮੰਜਾ ਲਿਆਇਆ ਹਾਂ ਚੰਗਾ ਦੇਖ ਲੋ ਹੁਣ ਸਾਫ ਸੁਥਰਾ ਜੇ ਸਾਫ ਸੁਥਰਾ ਹੀ ਆ ਹਾਂ ਇਹ ਢਿੱਲਾ ਨਾ ਹੋਵੇ ਨਾ ਮੈਂ ਢਿੱਲਾ ਤਾਂ ਹੋ ਜਾਣਾ ਉਹ ਕਿਵੇਂ ਇਹ ਹੋ ਜਾਂਦਾ ਹੁੰਦਾ ਇਹਦਾ ਕੰਮ ਹੀ ਢਿੱਲਾ ਹੋਣਾ ਇਹ ਬਹੁਤੀ ਤੇ ਟਾਇਰ ਨਹੀਂ ਰਹਿੰਦਾ ਬੰਦਾ ਸਿਰਫ ਇਹ ਤੇ ਇੱਕ ਭਵੇ ਇੱਕ ਹੀ ਪੈਣਾ ਵਾ ਹਾਂ ਨਹੀਂ ਮੰਜਾ ਲੈ ਆਇਆ ਕਿ ਮੰਜੇ ਤੇ ਲੈ ਆਇਆ ਇਹ ਮੰਜਾ ਲੈ ਆਇਆ ਜੀ ਹੁਣ ਡੋੜਾ ਕਿੱਥੇ ਆ ਤੁਹਾਨੂੰ ਪਤਾ ਨਾਲ ਦੇ ਘਰ ਜਾ ਕੇ ਨਾ ਆਹੋ ਇਹਨਾਂ ਦੇ ਛੱਤ ਚੜਨਾ ਅੱਛਾ ਤੇ ਨਾਲ ਇਹਨਾਂ ਦੀ ਛੱਤ ਚੜ ਕੇ ਮੁੜ ਕੇ ਸਾਡੇ ਵਾਲੀ ਛੱਤ ਚੜ ਜਾਣਾ ਅੱਛਾ ਤੇ ਸਾਡੇ ਵਾਲੀ ਤੇ ਚੜ ਕੇ ਫੇਰ ਉਹਨਾਂ ਦੀ ਤੇ ਚੜ ਜਾਣਾ ਉਹਦੀ ਤਬੀਅਤ ਬਣੀ ਐ ਇੱਥੇ ਡਾ ਕੇ ਇੱਕ ਵਾਰੀ ਝੂਠੀ ਲਾ ਬੇ ਨਾ ਕੀ ਮਾਵਾ ਤੂੰ ਬਾਸ ਬੰਦ ਕਰ ਬੇ ਮੂੰਹ ਬੰਦ ਕਰ ਨਾਲ ਜੁੜਦੇ ਆ ਕੋਈ ਨਹੀਂ ਬੱਚੜ ਜਾਂਦਾ ਕਿੰਨਾ ਕਿ ਤੂੰ ਸਾਰਾ ਮਹੱਲਾ ਜੁੜਦਾ ਕਿਹਨੂੰ ਫੜਾਉਂਗੇ ਤੁਸੀਂ ਮੈਂ ਭਾਈ ਗੱਲ ਸੁਣ ਲਾ ਮੰਜਾ ਹਾਂ ਜੀ ਮੰਜਾ ਜਿਹੜਾ ਨਾ ਆਪਣੇ ਇਤਿਹਾਸ ਨਾਲ ਪੁੱਤਰ ਛਡਾ ਕੇ ਉੱਤੇ ਹਾਂ ਉੱਤੇ ਨਾਲ ਦੇ ਕੋਠੇ ਤੇ ਚੜ ਕੇ ਨਾ ਅੱਛਾ ਸਾਡੇ ਵਾਲੇ ਕੋਠੇ ਤੇ ਆ ਜਾਣਾ ਫੇ ਸਾਡੇ ਵਾਲੇ ਤੇ ਆਣ ਕੇ ਨਾ ਸਾਹ ਲੈ ਕੇ ਫੇਰ ਉਹਨਾਂ ਤੇ ਚੜ ਜਾਣਾ ਉਹਨਾਂ ਦੇ ਚੜ ਕੇ ਫੇਰ ਮੁੜ ਕੇ ਸਾਡੇ ਵਾਲੇ ਤੇ ਆ ਕੇ ਤੇ ਉੱਥੇ ਮੰਜਾ ਡਾ ਕੇ ਆਣਾ ਇਹ ਸਾਡੇ ਸ਼ਗਨ ਆ
ਤੁਸੀਂ ਇਸ ਤਰ੍ਹਾਂ ਨਾ ਕਰੋਗੇ ਪਾਗੇ ਟੁੱਟ ਜਾਣਗੇ। ਅੱਛਾ ਜੀ ਇਹ ਪਤ ਮੰਜਾ ਡਾ ਕੇ ਜਲਦੀ ਜਲਦੀ ਆਉਣ ਜਾਣ ਕਰ। ਅੱਛਾ ਜੀ ਅੱਛਾ ਇਹ ਭਰਾ ਮੇਰਿਆ ਮੁੰਡੇ ਵੀ ਨਾਲ ਜਾਣੇ ਆ। ਉਹ ਪਰਲਾ ਕੋਠਾ ਹੀ ਪਰਲਾ ਕਿੱਡਾ ਜਵਾਨ ਬੰਦਾ ਮੰਜਾ ਲਈ ਫਿਰਦਾ ਲੱਗਦਾ ਸ਼ੌਂਕ ਆ ਇਹਨੂੰ। ਪਤ ਮੇਰਿਆ ਮੇਰੇ ਤਾਂ ਸਾਰੇ ਘਰ ਦੇ ਕੰਮ ਕਾਰ ਵੜੇ ਆ। ਹਾਂ ਮੈਂ ਤੇਰੇ ਤੇ ਲੋਟਾ ਵੀ ਮਾਰਨਾ ਪੁੱਤ ਬਾਥਰੂਮ ਚ ਪਤਾ ਨੀ ਕੌਣ ਵੜੇ ਆ ਦਰਵਾਜ਼ਾ ਨੀ ਖੋਲਣ ਡਿਆ। ਫਟਕੜੀ ਪਈ ਮੈਂ ਮੰਜੇ ਧੋਨੀ ਹੁਣੀ ਉਹਦੇ ਨਾਲ ਮੰਜਾ ਇੱਕ ਵਾਰੀ ਫਟਕੜੀ ਨਾ ਧੋ ਮੰਜਾ ਟੈਕ ਹੋ ਜਾਂਦਾ। ਮੰਜਾ ਜਦੋਂ ਮੰਜੇ ਦੀ ਗੱਲ ਹੁੰਦੀ ਤੁਹਾਡਾ ਪਿਓ ਬੜਾ ਯਾਦ ਆਉਂਦਾ।